ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਔਰ ਵਿਚਾਰ ਵਟਾਂਦਰਾ ਕਰ ਰਹੇ ਹਾਂ ਅੱਜ ਅਸੀਂ ਆਜ਼ਾਦੀ ਨੂੰ ਲੈ ਕੇ ਕਿ ਆਜ਼ਾਦੀ ਦਾ ਅਸਲੀ ਮਾਇਨੇ ਕੀ ਨੇ ਔਰ ਕਿਸ ਚੀਜ਼ ਤੋਂ ਆਜ਼ਾਦੀ ਚਾਹੀਦੀ ਹੈ, ਅੱਜ ਭਾਰਤ ਦੇ ਵਿੱਚ ਕਿਸ ਚੀਜ਼ ਦੀ ਲੋੜ ਹੈਗੀ ਹੈ। ਮੈਂ ਸਵਾਲ ਪੁੱਛ ਰਿਹਾ ਕਿ ਅਗਲੇ ਮਹੀਨੇ ਸਾਡੇ ਜਿਹੜੇ ਭਾਰਤੀ ਨੇ ਉਹ ਵੀ ਆਜ਼ਾਦੀ ਮਨਾਉਣਗੇ, ਭਾਰਤ ਦੇ ਵਿੱਚ ਵਸਦਾ ਹਰ ਇੱਕ ਵਸਨੀਕ ਆਜ਼ਾਦੀ ਮਨਾਊਗਾ, ਲੇਕਿਨ ਕਿਉਂ ਮਨਾਉਂਦੇ ਹਾਂ ਅਸੀਂ ਆਜ਼ਾਦੀ ਦਿਹਾੜਾ, ਕੀ ਆਜ਼ਾਦੀ ਦਾ ਅਸਲੀ ਮਤਲਬ, ਹਰੇਕ ਵਿਅਕਤੀ ਦਾ ਵੱਖਰਾ ਜਵਾਬ ਹੈ ਔਰ ਆਪਣੀ ਆਪਣੀ ਸੋਚ ਹੈ। ਉਸ ਤੋਂ ਬਾਅਦ ਭਾਰਤ ਨੂੰ ਭ੍ਰਿਸ਼ਟਾਚਾਰ ਤੋਂ ਆਜ਼ਾਦੀ ਦੀ ਜ਼ਰੂਰਤ ਹੈ ਕਿ ਨਹੀਂ, ਗਰੀਬੀ ਅਤੇ ਬੇਰੋਜ਼ਗਾਰੀ ਤੋਂ ਆਜ਼ਾਦੀ ਅਜੇ ਵੀ ਲੋੜੀਂਦੀ ਹੈ, ਹਰੇਕ ਦੇਸ਼ ਦੀ ਆਜ਼ਾਦੀ ਦਾ ਵੱਖਰਾ ਮਤਲਬ ਹੈ, ਅੱਤਵਾਦ ਨਸ਼ੇ ਅਤੇ ਅਪਰਾਧ ਤੋਂ ਆਜ਼ਾਦੀ ਦੀ ਲੋੜ, ਤੁਹਾਡੇ ਲਈ ਆਜ਼ਾਦੀ ਦਾ ਅਸਲੀ ਮਤਲਬ ਕੀ ਹੈ, ਇਸੇ ਨੂੰ ਲੈ ਕੇ ਵਿਚਾਰ ਵਟਾਂਦਰਾ ਅੱਜ ਮੈਂ ਤੁਹਾਡੇ ਨਾਲ ਕਰਾਂਗਾ। ਹੇਠ ਲਿਖੇ ਨੰਬਰ ਦੇ ਉੱਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਔਰ ਆਪਣੀ ਜਿਹੜੀ ਪ੍ਰਤੀਕਿਰਿਆ ਤੁਸੀਂ ਮੈਨੂੰ ਦੇ ਸਕਦੇ ਹੋ। ਮੈਂ ਥੋੜ੍ਹੀ ਜਿਹੀ ਤੁਹਾਡੀ ਜਾਣਕਾਰੀ ਦੇ ਦੇਵਾਂ, ਅੱਜ ਅਮੈਰੀਕਾ ਦੇ ਵਿੱਚ ਆਜ਼ਾਦੀ ਮਨਾਈ ਜਾ ਰਹੀ ਹੈ ਔਰ ਛੁੱਟੀ ਹੁੰਦੀ ਹੈ, ਡਿਕਲੇਰੇਸ਼ਨ ਆਫ ਇੰਡੀਪੈਂਡੈਂਸ July 4, 1776, ਦੀ ਕੌਂਟੀਨੈਂਟਲ ਕਾਂਗਰਸ ਡਿਕਲੇਅਰ ਦੈਟ ਦੀ 13 ਅਮੈਰੀਕਨ ਕੋਲੋਨੀਜ਼ ਰਿਗਾਰਡਡ ਦੈਮਸੈਲਫ ਐਜ਼ ਅ ਨਿਊ ਨੇਸ਼ਨ, ਜਿਹਨੂੰ ਕਿਹਾ ਸੀਗਾ ਦੀ ਯੂਨਾਈਟਿਡ ਨੇਸ਼ਨਸ ਆਫ ਅਮੈਰੀਕਾ। 776 ਦੇ ਵਿੱਚ ਆਜ਼ਾਦ ਹੋਇਆ ਸੀ ਅਮਰੀਕਾ। ਲੇਕਿਨ ਜੇਕਰ ਅਸੀਂ ਆਪਣੇ ਦੇਸ਼ ਚਲੇ ਜਾਈਏ, ਭਾਰਤ ਦੀ ਗੱਲ ਕਰ ਲਈਏ, 15 ਅਗਸਤ 1947 ਨੂੰ ਹੋਇਆ ਸੀ ਆਜ਼ਾਦ ਔਰ 15 ਅਗਸਤ 2018 ਨੂੰ ਫਿਰ ਤੋਂ ਆਏਗੀ ਇੰਡੀਪੈਂਡੈਂਸ ਡੇ। ਉੱਥੇ ਕੀ ਕੁਛ ਹਜੇ ਵੀ ਮਜਬੂਰੀਆਂ ਹੈਗੀਆਂ। ਮੇਰੇ ਨਾਲ ਇੱਕ ਕਾਲਰ ਜੁੜ ਗਏ ਨੇ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਭਾਜੀ, ਮੈਂ ਯੂਕੇ ਤੋਂ ਬੋਲਦਾ ਹਾਂ ਜੀ। ਭਾਜੀ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਦੇਖੋ ਆਪਾਂ ਆਜ਼ਾਦੀ ਜ਼ਰੂਰ ਮਨਾਉਂਦੇ ਹਾਂ, ਪਰ ਹਾਲੇ ਤੀਕਰ ਫਿਲਹਾਲ ਦੀ ਘੜੀ ਆਪਣਾ ਇੰਡੀਆ ਨਹੀਂ ਆਜ਼ਾਦ ਹੋਇਆ ਹੈਗਾ ਜੀ। ਜੀ ਜੀ ਜੀ, ਕਿਉਂ, ਕੀ ਲੱਗਦਾ ਤੁਹਾਨੂੰ, ਕੀ ਕੀ ਹਜੇ ਉੱਥੇ ਲੋੜ ਹੈਗੀ ਹੈ ਜਿਸ ਕਰਕੇ ਅਜੇ ਵੀ ਆਜ਼ਾਦ ਨਹੀਂ ਹੋਇਆ? ਭਾਜੀ ਵੇਖੋ ਉੱਥੇ ਤੇ ਪਹਿਲੀ ਗੱਲ, ਹਰ ਇੱਕ ਚੀਜ਼ ਹੀ ਕਰਪਟ ਹੈ ਜੀ। ਜੀ, ਕੋਈ ਪੁਲਿਸ ਵਾਲਾ ਹੈ, ਅਸੀਂ ਦੇਖਦੇ ਹਾਂ ਇੱਥੇ ਫੇਸਬੁੱਕ ਤੇ ਸਾਰਾ ਕੁਝ ਊਰਾ ਪਰਾ, ਕਿਉਂਕਿ ਕੋਈ ਪੁਲਿਸ ਵਾਲਾ ਹੈ ਜਾਂ ਕੁਝ, ਉਹ ਦਾਰੂ ਪੀ ਕੇ ਪਏ ਨੇ, ਕੋਈ ਪੁਲਿਸ ਵਾਲੇ ਵੇਖਦੇ ਪਏ ਉਹ ਨਸ਼ੇ ਪੀ ਰਹੇ ਨੇ, ਕੋਈ ਏਦਾਂ ਕੋਈ ਕੋਈ ਹੈ ਨੀ, ਸਿਸਟਮ ਹੀ ਨਹੀਂ ਹੈਗਾ ਉੱਥੇ। ਦੇਖੋ ਬੱਚੇ ਮਰ ਰਹੇ ਨੇ, ਇੰਨੇ ਚਿਰ ਦੇ ਵਿੱਚ ਇੱਕ ਬੰਦਾ ਕਹਿ ਰਿਹਾ ਕਿ ਅਸੀਂ ਜੇ ਮੈਨੂੰ ਕੋਈ ਦੇਵੇ ਕਿ ਕੈਪਟਨ ਸਾਹਿਬ ਨੇ ਕਿਹਾ ਕਿ ਇੰਨੇ ਚਿਰ ਦੇ ਵਿੱਚ ਅਸੀਂ ਸਫਾਈ ਕਰ ਸਕਦੇ ਹਾਂ, ਉਹ ਕਹਿੰਦਾ ਮੈਨੂੰ ਤੁਸੀਂ 3 ਦਿਨ ਦੋ ਜਾਂ 2 ਦਿਨ ਦੋ, ਮੈਂ ਤੇ ਸਫਾਈਆਂ ਕਰ ਦਿਆਂਗਾ ਸਾਰੇ ਚੀਜ਼ ਦੀਆਂ ਜੀ। ਤੇ ਪਰ ਇਹ ਗੱਲਾਂ ਜਿਹੜੀਆਂ ਨੇ ਬੜੀਆਂ ਧਿਆਨ ਚ ਰੱਖਣ ਵਾਲੀਆਂ ਨੇ, ਪਰ ਲੇਕਿਨ ਚਲੋ ਮੀਡੀਆ ਤੇ ਵੀ ਸ਼ਾਮ ਵਾਲੀਆਂ ਵੀ ਨਹੀਂ ਹੁੰਦੀਆਂ ਜਿਹੜੀਆਂ ਇਹ ਗੱਲਾਂ ਹੁੰਦੀਆਂ ਨੇ, ਪਰ ਲੇਕਿਨ ਕਹਿਣ ਦਾ ਭਾਵ ਗੋਰਿਆਂ ਨੂੰ ਕੱਢਿਆ ਜ਼ਰੂਰ ਸੀ, ਪਰ ਅਸੀਂ ਅੱਜ ਵੀ ਗੋਰਿਆਂ ਦੇ ਦੇਸ਼ ਚ ਆਣ ਕੇ ਵਸੇ ਹਾਂ, ਪਰ ਸਾਨੂੰ ਇੱਥੇ ਕੋਈ ਪ੍ਰੋਬਲਮ ਨਹੀਂ ਹੈਗੀ। ਅੱਧੀ ਰਾਤ ਨੂੰ ਆਵਾਜ਼ ਮਾਰੋ, ਹਰ ਇੱਕ ਬੰਦਾ ਦਰਵਾਜ਼ੇ ਅੱਗੇ ਖੜਾ ਭਾਜੀ। ਇਹ ਤਾਂ ਬਿਲਕੁਲ ਮਜਬੂਰ ਸੋਚਣ ਵਾਲੀ ਗੱਲ ਹੈ ਕਿ ਗੋਰਿਆਂ ਨੂੰ ਕੱਢਿਆ ਸੀਗਾ, ਲੇਕਿਨ ਅਸੀਂ ਜਾ ਵੜੇ ਉਹਨਾਂ ਦੇ ਦੇਸ਼ ਦੇ ਵਿੱਚ ਹੀ, ਹੈ ਨਾ। ਔਰ ਜੇਕਰ ਇਹ ਸਾਡੇ ਦੇਸ਼ ਦੇ ਵਿੱਚ ਕੁਝ ਨਵੀਆਂ ਸੋਚਾਂ, ਨਵੀਂ ਉਮੰਗ ਹੁੰਦੀ ਤਾਂ ਸ਼ਾਇਦ ਅਸੀਂ ਦੇਸ਼ ਨਾ ਛੱਡਦੇ। ਅਸੀਂ ਇੱਥੇ ਨਾ ਆਉਂਦੇ ਭਾਜੀ, ਅਸੀਂ ਇੱਥੇ ਨਾ ਆਉਂਦੇ, ਸਾਡਾ ਪੰਜਾਬ ਸੋਨੇ ਦੀ ਚਿੜੀ ਸੀ, ਸਾਡੇ ਕੋਲ ਗੋਰੇ ਆਉਂਦੇ ਕੰਮ ਕਰਨ ਵਾਸਤੇ। ਜੀ 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 ਜੀ, ਅੱਜ ਅਸੀਂ ਇੱਥੇ ਆਏ ਹੋਏ ਹਾਂ, ਪਰ ਦੇਖੋ ਫਿਰ ਵੀ ਕਿੰਨੀ ਸੋਹਣੀ ਗੱਲ ਏ, ਕੋਈ ਐਂਬੂਲੈਂਸ ਮਿੰਟ ਤੋਂ ਪਹਿਲਾਂ ਇੱਥੇ ਦਰਵਾਜ਼ੇ ਅੱਗੇ, ਕੋਈ ਵੀ ਕੰਮ ਏ ਸਾਨੂੰ ਪਹਿਲ ਏ, ਹਰ ਇੱਕ ਬੰਦੇ ਨੂੰ ਪਹਿਲ ਏ, ਬੈਂਕਾਂ ਚ ਜਾਓ ਪਹਿਲ ਏ, ਹਰ ਇੱਕ ਬੰਦੇ ਨੂੰ ਪਹਿਲ ਏ, ਖੁਦ ਆਪ ਕੰਮ ਕਰਦੇ ਨੇ ਬੰਦੇ। ਇਹਨਾਂ ਮੁਲਕਾਂ ਦੇ ਵਿੱਚ ਇਹ ਸਭ ਕੁਝ ਹੋ ਸਕਦਾ ਹੈ ਤੇ ਭਾਰਤ ਵਿੱਚ ਕਿਉਂ ਨਹੀਂ ਹੋ ਸਕਦਾ? ਮੈਨੂੰ ਤਾਂ ਇਹ ਸਮਝ ਨਹੀਂ ਆਉਂਦਾ, ਸਾਡੀ ਸੋਚ ਇੰਨੀ ਅੱਛੀ, ਅਸੀਂ ਹਾਰਡ ਵਰਕਿੰਗ, ਅਸੀਂ ਇਮੋਸ਼ਨਲ, ਅਸੀਂ ਕੇਅਰਿੰਗ। ਮਾਫ ਕਰਨਾ ਭਾਜੀ, ਜੀ ਜੀ ਮਾਫ ਕਰਨਾ ਭਾਜੀ, ਕਿਉਂਕਿ ਹਰ ਇੱਕ ਬੰਦਾ ਆਪਣੀ ਜੇਬ ਭਰਨ ਤੇ ਲੱਗਾ ਹੋਇਆ, ਜੇ ਕਦੀ ਇਹ ਸੋਚ ਛੱਡਦੇ ਨਾ ਕਿ ਨਹੀਂ ਇੱਥੇ ਸਭ ਕੁਛ ਰਹਿ ਜਾਣਾ, ਕਿਸੇ ਨੇ ਕੁਝ ਨਹੀਂ ਲੈ ਕੇ ਜਾਣਾ। ਹੁਣ ਕੈਪਟਨ ਸਾਹਿਬ ਦੀ ਕਿੰਨੀ ਉਮਰ ਹੋ ਗਈ, ਬਾਦਲ ਸਾਹਿਬ ਦੀ ਕਿੰਨੀ ਉਮਰ ਹੋ ਗਈ, ਮਾਫ ਕਰਨਾ। ਦੇਖੋ ਪਤਾ ਗੱਲ ਇੰਨੀ ਕੀ ਹੈ ਕਿ ਵੇਖੋ ਇਹ ਸਾਰੀ ਦੁਨੀਆਂ ਸੁਧਾਰੋ, ਤੁਸੀਂ ਸਾਰਾ ਕੁਝ ਸੁਧਾਰੋ, ਦੁਨੀਆਂ ਤੋਂ ਕੱਖ ਨਹੀਂ ਲੈ ਜਾਣਾ। ਹੁਣ ਕਹਿੰਦੇ ਨੇ ਜਿਹੜਾ ਬੱਚਾ ਹੁੰਦਾ ਨਾ, ਬੱਚੇ ਨੂੰ ਪਤਾ ਹੁੰਦਾ ਕਿ ਮੇਰੇ ਤੇ ਜਵਾਨੀ ਆਉਣੀ ਹੈ, ਜਵਾਨੀ ਵਾਲੇ ਨੂੰ ਪਤਾ ਹੁੰਦਾ ਮੇਰੇ ਤੇ ਵਡੇਪਾ ਆਉਣਾ, ਜਿਹੜ ਤੇ ਵਡੇਪਾ ਹੀ ਆ ਗਿਆ ਉਹਨੂੰ ਪਤਾ ਸਿੱਧੀ ਹੁਣ ਮੌਤ ਹੀ ਆਉਣੀ ਹੈ। ਜੀ 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 ਜੀ, ਬਹੁਤ ਬਹੁਤ ਧੰਨਵਾਦ ਜੀ। ਮੇਰੇ ਕੋਲ ਹੋਰ ਵੀ ਕਾਲਰ ਜੁੜ ਰਹੇ ਨੇ, ਤੁਸੀਂ ਆਪਣੀ ਗੱਲ ਰੱਖੀ ਸਾਡੇ ਨਾਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕਿੱਥੋਂ ਬੋਲ ਰਹੇ ਹੋ? ਆਲੂਵਾਲੀਆ ਸਾਹਿਬ, ਗੁਰਦੇਵ ਸਿੰਘ ਭੋਗਲ ਵੱਲੋਂ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭੋਗਲ ਜੀ, ਕੀ ਕਹਿਣਾ ਚਾਹੋਗੇ, ਆਜ਼ਾਦੀ ਕੀ ਲੱਗਦਾ ਤੁਹਾਨੂੰ,
ਹਾਂ ਜੀ ਬੜਾ ਬਹੁਤ ਵਧੀਆ ਬਹੁਤ ਵਧੀਆ ਬੜਾ ਢੁਕਵਾਂ ਬਹੁਤ ਢੁਕਵਾਂ ਤੁਸੀਂ ਵਿਸ਼ਾ ਲੈ ਕੇ ਆਏ ਹੋ ਜੀ ਜੀ ਆਲੂ ਵਾਲੇ ਸਾਹਿਬ ਆਜ਼ਾਦੀ ਦਾ ਅਸਲੀ ਮਤਲਬ ਹੁੰਦਾ ਫਰੀਡਮ ਆਫ ਸਪੀਚ ਭਾਵ ਕਿ ਆਪਣੀ ਰਾਏ ਰੱਖਣ ਦਾ ਅਧਿਕਾਰ ਤੇ ਦੂਸਰਾ ਸਟੇਟ ਪ੍ਰੋਟੈਕਸ਼ਨ ਸਰਕਾਰੀ ਸੁਰੱਖਿਆ ਹੋਵੇ ਔਰ ਪ੍ਰੀਜ਼ਰਵੇਸ਼ਨ ਆਫ ਹਿਊਮਨ ਰਾਈਟਸ ਜਿਹਨੂੰ ਆਪਾਂ ਮਨੁੱਖੀ ਅਧਿਕਾਰ ਕਹਿੰਦੇ ਹਾਂ ਤੇ ਇਹ ਚੀਜ਼ਾਂ ਉੱਥੇ ਗਾਇਬ ਨੇ ਸਾਰੀਆਂ ਇੰਡੀਆ ਦੇ ਵਿੱਚ ਹਾਲਾਂਕਿ ਜੇ ਆਪਾਂ ਆਜ਼ਾਦੀ ਦਾ ਜਿਹੜੀ ਡੈਮੋਕ੍ਰੇਸੀ ਉੱਥੇ ਹੈ ਨਾ ਲੋਕ ਰਾਜ ਜਿਹਨੂੰ ਆਪਾਂ ਕਹਿੰਦੇ ਹਾਂ ਅੱਗੇ ਵੀ ਇੱਕ ਦਿਨ ਗੱਲ ਕਹੀ ਸੀ ਅੱਜ ਤੁਸੀਂ ਵਿਸ਼ਾ ਰੱਖਿਆ ਤੇ ਮੈਂ ਫਿਰ ਰਿਪੀਟ ਕਰਨਾ ਚਾਹੁੰਦਾ ਆਲੋਵਾਲੀ ਸਾਹਿਬ ਲੋਕ ਰਾਜ ਦਾ ਅਸਲੀ ਮਤਲਬ ਹੁੰਦਾ ਵੀ ਲੋਕਾਂ ਦਾ ਰਾਜ ਲੋਕਾਂ ਵੱਲੋਂ ਰਾਜ ਲੋਕਾਂ ਵਾਸਤੇ ਰਾਜ ਹੁਣ ਉੱਥੇ ਲੋਕਾਂ ਦਾ ਰਾਜ ਕਿਵੇਂ ਆ ਲੋਕ ਰਾਜ ਤੇ ਹੈ ਹੀ ਨੀ ਜੇ ਤੁਸੀਂ ਆਪਣਾ ਆਪਣਾ ਤੁਹਾਡੇ ਤੁਹਾਡੇ ਅੰਦਰ ਕੋਈ ਤੁਹਾਨੂੰ ਕੋਈ ਤਕਲੀਫ ਹੋਇਆ ਤੇ ਤੁਸੀਂ ਪ੍ਰੋਟੈਸਟ ਕਰਦੇ ਹੋ ਤੁਸੀਂ ਧਰਨਾ ਦਿੰਦੇ ਹੋ ਤੇ ਉੱਥੇ ਤੁਹਾਡੇ ਤੇ ਪਾਣੀ ਦੀ ਵਿਛਾੜ ਹੁੰਦੀ ਆ ਲਾਠੀ ਚਾਰਜ ਹੁੰਦਾ ਗੋਲੀਆਂ ਚੱਲਦੀਆਂ ਨੇ ਇਹ ਇਹ ਲੋਕ ਰਾਜ ਦੇ ਅੰਦਰ ਇਸ ਤਰ੍ਹਾਂ ਨਹੀਂ ਹੁੰਦਾ ਬਿਲਕੁਲ ਪੋਗਲ ਜੀ ਮੈਂ ਗੱਲ ਨੂੰ ਤੁਹਾਡੀ ਸਮਝ ਪਾ ਰਿਹਾ ਅੱਜ ਬਹੁਤ ਸਾਰੇ ਕਾਲਰ ਸਾਨੂੰ ਕਾਲ ਕਰ ਰਹੇ ਨੇ ਉਹਨਾਂ ਦੀ ਵੀ ਮੈਂ ਪ੍ਰਤੀਕਿਰਿਆ ਜਾਣ ਲਵਾਂ ਕਿ ਉਹ ਕੀ ਕਹਿਣਾ ਮੈਂ ਇੱਕ ਮਿੰਟ ਇੱਕ ਮਿੰਟ ਲੈਣਾ ਹੋਰ ਜੀ 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 ਲੋਕ ਦੇਖੋ ਡੈਮੋਕ੍ਰੇਸੀ ਦਾ ਵੀ ਇਹੋ ਹੀ ਮਤਲਬ ਗਵਰਨਮੈਂਟ ਆਫ ਦਾ ਪੀਪਲ ਬਾਏ ਦਾ ਪੀਪਲ ਫੋਰ ਦਾ ਪੀਪਲ ਹੁਣ ਤੁਹਾਨੂੰ ਮੈਂ ਇੱਕ ਸਭ ਤੋਂ ਵੱਡਾ ਐਗਜ਼ਾਮਪਲ ਦਿਆਂ ਵੀ ਇੰਡੀਆ ਦੀ ਡੈਮੋਕ੍ਰੇਸੀ ਜਾਂ ਲੋਕ ਰਾਜ ਇੱਥੋਂ ਜਿੱਥੇ ਅਸੀਂ ਬੈਠੇ ਹਾਂ ਜਾਂ ਤੁਸੀਂ ਬੈਠੇ ਹੋ ਉਹਨਾਂ ਦਾ ਫਰਕ ਮੈਂ ਜ਼ਮੀਨ ਅਸਮਾਨ ਦਾ ਫਰਕ ਵਾ ਇਹਨਾਂ ਮੁਲਕਾਂ ਦੇ ਵਿੱਚ ਜਦੋਂ ਸਾਨੂੰ ਕਦੇ ਤਕਲੀਫ ਹੁੰਦੀ ਹੈ ਜਦੋਂ ਸਾਨੂੰ ਕਿਤੇ ਪੁਲਿਸਮੈਨ ਹੈਗੀ ਹੈ ਬਿਲਕੁਲ ਸਾਨੂੰ ਹਰ ਕੁਝ ਮਿਲਦਾ ਇੱਥੇ ਇਸ ਕਰਕੇ ਇਹਨਾਂ ਮੁਲਕਾਂ ਦੇ ਵਿੱਚ ਸਾਨੂੰ ਲੱਗਦਾ ਕਿ ਸਾਡੀ ਜ਼ਿੰਦਗੀ ਇੱਥੇ ਹੋਰ ਦੁੱਗਣੀ ਹੋ ਜਾਏਗੀ ਲੇਕਿਨ ਜਿਹੜੇ ਭਰਾ ਸਾਡੇ ਉੱਥੇ ਰਹਿ ਰਹੇ ਨੇ ਜਿਹੜੇ ਭਰਾ ਸਾਡੇ ਉੱਥੇ ਰਹਿ ਕੇ ਤਸੀਹੇ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਜਾਂ ਫਿਰ ਉਹਨਾਂ ਨੂੰ ਕਰਨਾ ਪੈ ਰਿਹਾ ਤੇ ਅਸੀਂ ਉਹਨਾਂ ਲਈ ਵੀ ਸੋਚਣਾ ਸਾਨੂੰ ਸਾਡੀ ਜ਼ਿੰਮੇਵਾਰੀ ਬਣ ਗਈ ਆਲੂ ਵਾਲੇ ਸਾਹਿਬ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਧਰ ਕਦੇ ਤਕਲੀਫ ਜਦੋਂ ਹੋਵੇ ਜਦੋਂ ਕੋਈ ਪੁਲਿਸਮੈਨ ਸਾਨੂੰ ਦਿਸਦਾ ਨਾ ਜੀ ਜੀ ਤਾਂ ਸਾਨੂੰ ਸਾਡੀ ਜਾਨ ਚ ਜਾਨ ਪੈ ਜਾਂਦੀ ਆ ਤੇ ਇੰਡੀਆ ਵਿੱਚ ਜਦੋਂ ਪੁਲਿਸਮੈਨ ਕਿਸੇ ਸਾਹਮਣੇ ਆ ਜਾਂਦਾ ਜਾਨ ਨਿਕਲ ਜਾਂਦੀ ਆ ਦੈਟ ਇਜ਼ ਅ ਡਿਫਰੈਂਸ ਜ਼ਮੀਨ ਅਸਮਾਨ ਦਾ ਫਰਕ ਵਾ ਜੀ 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 ਬਹੁਤ ਬਹੁਤ ਧੰਨਵਾਦ ਭੋਗਲ ਜੀ ਆਪਣੀ ਗੱਲ ਤੁਸੀਂ ਰੱਖੀ ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕਿੱਥੋਂ ਬੋਲ ਰਹੇ ਹੋ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਜਸਪਾਲ ਸਿੰਘ ਬੋਲਦਾ ਲੰਡਨ ਤੋਂ ਜੀ ਜਸਪਾਲ ਜੀ ਕੀ ਕਹਿਣਾ ਚਾਹੋਗੇ ਹਾਂਜੀ ਮੇਰੀ ਡੈਫੀਨੇਸ਼ਨ ਇਹ ਹੈਗੀ ਆ ਆਜ਼ਾਦੀ ਦੀ ਜੀ ਜੀ ਕਿ ਆਈ ਸ਼ੁੱਡ ਬੀ ਏਬਲ ਟੂ ਇੰਜੋਏ ਮਾਈ ਸੋਸ਼ਲ ਜੀ ਪੋਲੀਟੀਕਲ ਲਾਈਫ ਔਰ ਵਟ ਐਵਰ ਜੀ ਜੀ ਐਜ਼ ਆਈ ਵਾਂਟ ਟੂ ਬਟ ਵਿਦ ਇਨ ਦੀ ਲਾਅ ਜੀ 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 ਹੈ ਜੀ ਸੋ ਆਈ ਸ਼ੁੱਡ ਬੀ ਏਬਲ ਟੂ ਐਕਸਪ੍ਰੈਸ ਮਾਈ ਵਿਊਜ਼ ਔਨ ਮਾਈ ਸੋਸ਼ਲ ਇਕਨੋਮਿਕ ਐਂਡ ਪੋਲੀਟੀਕਲ ਏਜੰਡਾ ਦੇਰ ਸ਼ੁੱਡ ਬੀ ਅ ਡਾਇਲੋਗ ਆਈ ਕੈਨ ਐਗਰੀ ਯੈਸ ਜੀ 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 ਹੈ ਫਰੀਡਮ ਟੂ ਮੂਵ ਫਰੀਡਮ ਟੂ ਮੂਵ ਇਨ ਮਾਈ ਕੰਟਰੀ ਆਫ ਡੋਮਿਸਾਈਲ ਵਿਦਆਊਟ ਐਨੀ ਡਿਸਕ੍ਰਿਮੀਨੇਸ਼ਨ ਐਗਜ਼ਾਮਪਲ ਤੁਹਾਨੂੰ ਦਿੰਦਾ ਪਰ ਇੰਡੀਆ ਦੇ ਵਿੱਚ ਇਹ ਚੀਜ਼ ਨਹੀਂ ਹੈਗੀ ਕੁਛ ਸਾਲ ਦੋ ਤਿੰਨ ਸਾਲ ਪਹਿਲਾਂ ਸ਼ਾਇਦ ਬਿਹਾਰ ਦੇ ਵਿੱਚ ਬੰਦੇ ਉਹ ਇੱਧਰ ਆਜ਼ਾਦੀ ਦਾ ਕੀ ਮਤਲਬ ਹੈ ਆਜ਼ਾਦੀ ਦਾ ਮਤਲਬ ਫਰੀਡਮ ਆਫ ਸਪੀਚ ਐਂਡ ਫਰੀਡਮ ਆਫ ਫੇਥ ਅਸੀਂ ਆਪਣੀਆਂ ਕੰਟਰੀ ਦੇ ਵਿੱਚ ਅਸੀਂ ਇੱਥੇ ਰਹਿੰਦੇ ਹਾਂ ਚਾਹੇ ਅਸੀਂ ਸਿੱਖ ਹੈ ਹਿੰਦੂ ਆ ਮੁਸਲਮਾਨ ਆ ਸਾਨੂੰ ਪੂਰੀ ਆਜ਼ਾਦੀ ਅਸੀਂ ਆਪਣੇ ਜਿੱਦਾਂ ਵੀ ਆਪਣੇ ਪਰਮਾਤਮਾ ਦਾ ਨਾਂ ਲੈਣਾ ਚਾਹੁੰਦੇ ਹਾਂ ਉਹਦੀ ਪੂਜਾ ਕਰਨਾ ਚਾਹੁੰਦੇ ਅਸੀਂ ਕਰ ਸਕਦੇ ਲੇਕਿਨ ਇੰਡੀਆ ਦੇ ਵਿੱਚ ਉੱਥੇ ਕਿਸੇ ਨੇ ਇਹ ਨਹੀਂ ਹੈਗੀ ਆਜ਼ਾਦੀ ਵੀ ਤੁਸੀਂ ਜਿੱਦਾਂ ਵੀ ਆਪਣੇ ਪਰਮੇਸ਼ਰ ਨੂੰ ਮੰਨਣ ਤੋਂ ਮੰਨ ਸਕੋ ਹੁਣੇ ਅੱਗੇ ਤੁਹਾਡੇ ਇੱਕ ਦਿਨ ਗੱਲ ਹੋਈ ਸੀ ਕਹਿੰਦੇ ਕਿ ਉਹਨਾਂ ਦੀਆਂ ਟੋਪੀਆਂ ਉਤਰਾ ਦਵੋ ਹਨਾ ਵੀ ਹੁਣ ਕਦੀ ਕਹਿੰਦੇ ਭਗਵੇਂ ਕੱਪੜੇ ਪਾ ਲਵੋ ਦੇਖੋ ਆਜ਼ਾਦੀ ਤਾਂ ਹੈ ਹੀ ਨੀ ਉੱਥੇ ਆਜ਼ਾਦੀ ਤਾਂ ਸਾਨੂੰ ਰੱਬ ਦਾ ਨਾਂ ਲੈਂਦੇ ਉੱਥੇ ਆਜ਼ਾਦੀ ਹੈ ਨੀਗੀ ਇਹ ਜਿਹੜੀ ਗੌਰਮੈਂਟ ਹੈ ਅੰਨੀ ਆ ਇਹ ਅੰਨੇ ਆ ਸਾਰੇ ਅੰਨਾ ਅੰਨੇ ਨੂੰ ਕੀ ਰਾਹ ਦਿਖਾਊਗਾ ਇਹਨਾਂ ਦੇ ਦਿਲਾਂ ਵਿੱਚ ਰੱਬ ਦਾ ਡਰ ਹੈ ਨੀ ਮੇਨ ਇਸ਼ੂ ਇਹ ਆ ਦੇ ਹੈਵਨ ਗੋਟ ਦਾ ਫੇਅਰ ਆਫ ਦਾ ਲਾਰਡ ਵੈਨ ਦੇ ਗੋਟ ਦਾ ਫੇਅਰ ਆਫ ਦਾ ਲਾਰਡ ਦੈਨ ਦੇਅਰ ਵੀ ਆ ਫਰੀਡਮ ਜੀ 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 ਰੱਬ ਦਾ ਡਰ ਹੋਣਾ ਜ਼ਰੂਰੀ ਹੈ ਲੇਕਿਨ ਰੱਬ ਦਾ ਡਰ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਤੁਹਾਡੇ ਸਾਹਮਣੇ ਮੁੱਦਾ ਲੈ ਕੇ ਆਉਂਦੇ ਹਾਂ ਔਰ ਆਪਣੇ ਆਪ ਹੀ
exposed women. You should tell them to the government of India. Ji. You should have a fear of the Lord. All the corruption hai, aur sare jhooth bol deya. Darde nahi ek din se Parmatma de samne khade hona, aur sanu bhi saaf dena, sade utte bhi koi vadda virajman hai Maharaj, jinu se jaake likha dena, sare video ban rahe jadon mare heaven vich gaye, te taddi sari video Parmatma ne tainu dikhaune tusi is duniya vich ki kita si. Apne thed bhar jane gareeban nu marde ya, lutde ya, gareeban nu azadi nahi dinde, freedom nahi, utthe na koi freedom of speech hai, na freedom of faith hai. Ke koi gareeb hai ghat gin pair nu kehnde tusi idda na aur rab di pooja karo, assi tainu aa nahi hon dena. Freedom te hai nahi, koi freedom de naal te rab da vi naal hai sada, kehnde tusi itthe bandh ke rakhna, controlling spirit de. ਜੀ ਮੈਂ ਤੁਹਾਡੀ ਗੱਲ ਤੋਂ ਜਿਸ ਧਰਮ ਨੂੰ ਵੀ ਉਹ ਮੰਨਦੇ ਉਹਨੂੰ ਪਤਾ ਉਹਨਾਂ ਦੇ ਪਰਮਾਤਮਾ ਨੇ ਕਿਹਾ ਗੁਆਂਢੀ ਨੂੰ ਆਪਣੇ ਨਾਲ ਜ਼ਿਆਦਾ ਪਿਆਰ ਕਰੋ, ਪਰਦੇਸੀ ਨੂੰ ਆਪਣੇ ਘਰ ਉਤਾਰੋ, ਵਿਧਵਾ ਦੀ ਜਤੀਮਾ ਦੀ ਲੁੱਕ ਆਫਟਰ ਕਰੋ, ਕਿਉਂਕਿ ਜਿਹੜਾ ਇਹਨਾਂ ਦਾ ਸਿਧਾਂਤ ਉਹ ਬਿਬਲੀਕਲ ਵੀ ਆ, ਦੈਟਸ ਵਾਈ ਇੱਥੇ ਸਾਨੂੰ ਸਾਰੀਆਂ ਚੀਜ਼ਾਂ ਮਿਲਦੀਆਂ ਨੇ। ਬਿਲਕੁਲ, ਆਈ ਅੰਡਰਸਟੈਂਡ ਦੇ ਸ਼ੁਡ ਆਲਸੋ ਹੈਵ ਦੀ ਸੇਮ ਕਨਸੈਪਟ ਆਫ ਫੇਅਰ ਆਫ ਦ ਲਾਰਡ ਐਂਡ ਟੈਲ ਦੇਮ ਦਾ ਇੰਡੀਅਨ ਗਵਰਨਮੈਂਟ ਯੂ ਸ਼ੁਡ ਹੈਵ ਅ ਫੇਅਰ ਆਫ ਦ ਲਾਰਡ, ਉਹਨਾਂ ਨੂੰ ਪਰਮਾਤਮਾ ਦਾ ਡਰ ਹੋਣਾ ਚਾਹੀਦਾ, ਉਹ ਇਹ ਗੱਲ ਯਾਦ ਰੱਖਣ, ਇੱਕ ਦਿਨ ਉਹਨੂੰ ਹਿਸਾਬ ਦੇਣਾ ਪੈਣਾ ਪਰਮਾਤਮਾ ਦੇ ਘਰ ਵਿੱਚ ਜਾ ਕੇ। ਤੁਹਾਨੂੰ ਲੱਗਦਾ ਕਿ ਫੇਅਰ ਆਫ ਦ ਲਾਰਡ ਉਹਨਾਂ ਦੇ ਵਿੱਚ ਹੋਊਗਾ? ਉਹਨਾਂ ਦੀ ਤੇ ਵੀਡੀਓਜ਼ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਉਂਦੇ ਹਾਂ, ਜਨਤਕ ਕਰਦੇ ਹਾਂ, ਉਸ ਤੋਂ ਬਾਅਦ ਉਹ ਵੀਡੀਓਜ਼ ਤੋਂ ਦੇਖਣ ਤੋਂ ਬਾਅਦ ਵੀ ਨਹੀਂ ਘਬਰਾਉਂਦੇ, ਆਪਣੀ ਸਿਆਸਤ ਚਮਕਾਉਣ ਦੇ ਵਿੱਚ ਲੱਗੇ ਰਹਿੰਦੇ ਆ? ਪਰ ਪਤਾ ਕਿ ਦੇਖੋ ਹੁਣ ਇਹਨਾਂ ਦੇ ਕਿੰਨੇ ਕਿੰਨੇ ਬੱਚੇ ਆ, ਇਹ ਸੋਚਣ ਆਪਣੇ ਬੱਚਿਆਂ ਦਾ ਫਿਊਚਰ ਸੋਚਣ, ਕਿਉਂਕਿ ਮਾਂ ਬਾਪ ਨੇ ਗੁਨਾਹ ਦੀ ਸਜ਼ਾ, ਗਲਤੀਆਂ ਦੀ ਸਜ਼ਾ ਬੱਚਿਆਂ ਨੂੰ ਭੁਗਤਣੀ ਪੈਂਦੀ ਆ। ਹੁਣ ਬੱਚੇ ਨਸ਼ਿਆਂ ਨਾਲ ਮਰੀ ਜਾਂਦੇ ਆ, ਹੈ ਨਾ ਕੋਈ ਗਵਰਨਮੈਂਟ ਹੈਲਪ ਕਰਨ, ਹੋਰ ਆਪਣੇ ਬੱਚਿਆਂ ਨੂੰ ਤੁਸੀਂ ਰੱਬ ਦੇ ਅੱਗੇ ਲੈ ਕੇ ਆਵੋ, ਤਾਂ ਕਿ ਉਹ ਸ਼ੈਤਾਨ ਦੀਆਂ ਚਲਾਕੀਆਂ ਤੋਂ ਬਚ ਸਕਣ। ਜੀ ਜੀ, ਬਹੁਤ ਬਹੁਤ ਧੰਨਵਾਦ ਜੀ, ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੇ ਵੀ ਕਾਲਸ ਅਸੀਂ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ। ਸਤਿ ਸ਼੍ਰੀ ਅਕਾਲ ਜੀ, ਮੈਂ ਪੈਰਿਸ ਤੋਂ ਬੋਲ ਰਿਹਾ, ਕੁਲਵਿੰਦਰ ਸਿੰਘ ਫਰਾਂਸ। ਜੀ ਕੁਲਵਿੰਦਰ ਸਿੰਘ ਜੀ, ਕੀ ਕਹਿਣਾ ਚਾਹੋਗੇ? ਪਹਿਲਾਂ ਤੇ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ, ਜਿਹੜਾ ਲੋਕਾਂ ਨੂੰ ਇੰਨੀ ਵਧੀਆ ਇਨਫੋਰਮੇਸ਼ਨ ਦਿੰਦਾ, ਤੇ ਇੱਕਦਮ ਸਾਰੇ ਸਰੋਤੇ ਕੀਲੇ ਹੋਏ ਨੇ ਔਰ ਬਹੁਤ ਵਧੀਆ ਇਨਫੋਰਮੇਸ਼ਨ ਲੋਕਾਂ ਕੋਲ ਜਾਂਦੀ। ਮੈਂ ਇਹੀ ਕਹਿਣਾ ਚਾਹੁੰਦਾ ਵੀ ਦੇਸ਼ ਦੀ ਆਜ਼ਾਦੀ ਤੇ ਜਿੱਥੇ ਸਾਡੇ ਰਾਸ਼ਟਰਪਤੀ ਨੂੰ ਜਗਨਨਾਥਪੁਰੀ ਮੰਦਿਰ ਵਿੱਚ 18 ਮਾਰਚ ਨੂੰ ਜਾਣ ਨਹੀਂ ਦਿੱਤਾ ਗਿਆ, ਇਸ ਕਰਕੇ ਕਿ ਰਾਸ਼ਟਰਪਤੀ ਇੱਕ ਦਲਿਤ ਹੈ ਔਰ ਉਹਨਾਂ ਦੇ ਨਾਲ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵੀ ਨਾਲ ਸੀ, ਔਰ ਇਹ ਬੜੀ ਹੀ ਦੁੱਖ ਵਾਲੀ ਗੱਲ ਹੈ ਕਿ ਜਿੱਥੇ ਸਾਡਾ ਕਿੰਗ, ਸਾਡਾ ਇੰਡੀਆ ਦਾ ਰਾਜਾ ਭਾਰਤ ਦਾ, ਉਹਨੂੰ ਇੱਕ ਦਲਿਤ ਹੋਣ ਲਈ ਜਗਨਨਾਥਪੁਰੀ ਦੇ ਮੰਦਿਰ ਚ ਐਂਟਰ ਨਹੀਂ ਹੋਣ ਦਿੱਤਾ ਗਿਆ। ਕਾਹਦੇ ਜਸ਼ਨ ਮਨਾਉਣੇ ਜੀ, ਨਵੇਂ ਸਾਲ ਦੇ ਜਾਂ ਆਜ਼ਾਦੀ ਦੇ, ਕਿਸ ਚੀਜ਼ ਦੇ ਜਸ਼ਨ? ਮੈਂ ਇਹੀ ਕਹਿਣਾ ਚਾਹੁੰਦਾ ਜੀ ਮੇਰੇ ਵੱਲੋਂ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਜੀ। ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਸਤਿ ਸ਼੍ਰੀ ਅਕਾਲ ਜੀ। ਹੈਲੋ, ਤੁਸੀਂ ਔਨ ਹੈ? ਹਾਂਜੀ, ਛੋਟੇ, ਹਾਂ ਛੋਟੇ ਭਾਈ ਹਰਜੀਤ, ਪਿਆਰ ਭਰੇ ਸਤਿ ਸ਼੍ਰੀ ਅਕਾਲ। ਮੱਖਣ ਸਿੰਘ ਜੀਕੇ ਤੋਂ ਬੋਲਦਾ। ਮੱਖਣ ਸਿੰਘ ਜੀ, ਠੀਕ ਹੋ ਤੁਸੀਂ? ਹਾਂਜੀ ਬਿਲਕੁਲ, ਚੜ੍ਹਦੀ ਕਲਾ। ਸਿਰਫ 2 ਸਕਿੰਟ ਲੈਣੇ, ਕਿਉਂਕਿ ਤੁਸੀਂ ਬਹੁਤ ਫਾਸਟ ਆ, ਸਾਨੂੰ ਵੀ ਫਾਸਟ ਹੋਣਾ ਚਾਹੀਦਾ, ਕਿਉਂਕਿ ਮੈਨੂੰ ਅੱਜ ਵਿਊਅਰਸ ਕਾਲ ਕਰ ਰਹੇ ਨੇ ਔਰ ਉਹਨਾਂ ਦੀ ਜਿਹੜੀ ਪ੍ਰਤੀਕਿਰਿਆ ਸੀ ਜ਼ਰੂਰ ਜਾਣ ਲਈ, ਕਿਉਂਕਿ ਉਹ ਵੀ ਆਪਣੀ ਗੱਲ ਕਹਿਣਾ ਚਾਹੁੰਦੇ ਨੇ। ਉਹਨਾਂ ਨੂੰ ਵੀ ਲੱਗਦਾ ਹੈ ਕਿ ਆਜ਼ਾਦੀ ਦਾ ਅਸਲੀ ਅਰਥ ਹੈ ਕੀ, ਆਜ਼ਾਦੀ ਦੀ ਡੈਫੀਨੇਸ਼ਨ ਹੈ ਕੀ। ਜੀ ਜੀ ਮੱਖਣ ਸਿੰਘ ਜੀ, ਗੋ ਅਹੈਡ। ਆ ਦੇਖੋ, ਆਜ਼ਾਦੀ ਦਾ ਸਿਰਫ 2 ਸਕਿੰਟ ਲੈਣੇ ਜੀ ਜੀ, ਕਿ ਹੁਸਨ ਦੇਖੋ, ਸਮਝੋ ਤੁਸੀਂ ਚੰਗੀ ਤਰ੍ਹਾਂ, ਹੁਸਨ ਪਦਾਰਥ ਮਹਿਲ ਮਨਾਰੇ ਮੇਲੇ ਅਤੇ ਨਜ਼ਾਰੇ, ਜੀ ਜੀ ਜੀ, ਦੀਦੇ ਖੀਵੇ ਹੋਏ ਤੱਕ ਤੱਕ ਸੋ ਹਜ ਜਗਤ ਦੇ ਸਾਰੇ, ਜੀ ਜੀ ਜੀ, ਆਜ਼ਾਦੀ ਨੂੰ ਭਰਦਿਆਂ ਜੀ ਜੀ, ਪਰ ਜਦ ਤੋਂ ਯਾਦ ਜਗਤ ਦੇ ਪੈਣ ਲੱਗੇ ਘਰੇ, ਜਦੋਂ ਆਸਾਂ ਹੋ ਜਾਂਦੀਆਂ ਆ ਜੀ ਜੀ, ਪਰ ਜਦ ਤੋਂ ਯਾਦ ਜਗਤ ਦੇ ਪੈਣ ਲੱਗੇ ਝਲਕਾਰੇ, ਉਹ ਇਸ਼ਕ ਤੇਰੇ ਦੇ ਚਾਹ ਦੀਆਂ ਚੀਸਾਂ ਸਾਰੇ ਸਵਾਦ ਵਸਾਰੇ। ਇਹ 2 ਸਕਿੰਟ ਚਾਤਰਕ ਜੀ ਦੀ ਲਿਖੀ ਆਜ਼ਾਦੀ ਕੀ ਚੀਜ਼ ਹੈ। ਮੈਂ ਬਸ ਇੰਨਾ ਹੀ ਤੁਹਾਨੂੰ ਕਹਿਣਾ ਕਿ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਮਝਣ ਵਾਲੀਆਂ ਚੀਜ਼ਾਂ ਹਨ। ਜੀ 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 ਮੱਖਣ ਸਿੰਘ ਜੀ, ਬਹੁਤ ਬਹੁਤ ਧੰਨਵਾਦ, ਬਹੁਤ ਸੋਹਣਾ ਤੁਸੀਂ ਲਿਖਿਆ ਹੋਇਆ। ਔਰ ਜਿਹੜੇ ਵਿਊਅਰਸ ਮੈਨੂੰ ਕਾਲ ਕਰ ਰਹੇ ਨੇ, ਮੈਂ ਉਹਨਾਂ ਤੋਂ ਵੀ ਜਾਣਨਾ ਚਾਹਾਂਗਾ, ਤੁਸੀਂ ਆਪਣੇ ਫੋਨ ਨੂੰ ਨਾ ਕੱਟਿਓ, ਮੈਂ ਤੁਹਾਡੇ ਫੋਨ ਕਾਲਸ ਨੂੰ ਵੇਖ ਲੈਣਾ, ਮੈਂ ਉਹਨੂੰ ਕਿਊ ਦੇ ਵਿੱਚ ਪਾ ਦੇਵਾਂਗਾ, ਤਾਂ ਕਿ ਜਿਹੜੇ ਕਾਲਰਸ ਆਪਣੀ ਗੱਲ ਕੈਟ ਕੇ ਹਟਣਗੇ ਤੁਹਾਡੀ ਕਾਲਸ ਅਸੀਂ ਲੈ ਲਵਾਂਗੇ। ਫਿਲਹਾਲ ਮੈਂ ਇੱਕ ਬ੍ਰੇਕ ਲਈ ਰੁਕ ਰਿਹਾ, ਜਦ ਬ੍ਰੇਕ ਤੋਂ ਵਾਪਸ ਆਵਾਂਗਾ ਤੇ ਜ਼ਰੂਰ ਪੁੱਛਾਂਗਾ। ਅਸੀਂ ਨਾਰੇ ਤਾਂ ਲਾਉਂਦੇ ਹਾਂ, ਸਾਨੂੰ ਚਾਹੀਦੀ ਹੈ ਆਜ਼ਾਦੀ, ਅਸੀਂ ਮੰਗਦੇ ਹਾਂ ਆਜ਼ਾਦੀ, ਸਾਨੂੰ ਦਿਓ ਤੁਸੀਂ ਆਜ਼ਾਦੀ, ਸਾਡਾ ਮੁਲਕ ਹੈ ਆਜ਼ਾਦ, ਲੇਕਿਨ ਕਿੱਥੇ ਹੈ ਆਜ਼ਾਦੀ? ਬ੍ਰੇਕ ਤੋਂ ਉਸ ਪਾਰ ਤੁਹਾਡੇ ਵਿਚਾਰ।